ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਰਿਹਾ, ਇਸ ਕਰਕੇ ਸਾਰੀ ਘਰ ਦੀ ਜ਼ਿੰਮੇਵਾਰੀ ਇਸ ਮਹਿਲਾ ਤੇ ਆ ਗਈ। ਪਤੀ ਇਸ ਦਾ ਬਿਮਾਰ ਹੈ, ਉਸਦੇ ਇਲਾਜ ਲਈ ਵੀ ਪੈਸੇ ਨਹੀਂ ਨੇ, ਦੋ ਬੱਚੇ ਨੇ, ਉਹਨਾਂ ਦੀ ਪੜ੍ਹਾਈ ਦਾ ਵੀ ਔਖਾ ਹੋਇਆ ਪਿਆ। ਸੁਨਾਮ ਦੇ ਪਿੰਡ ਚੱਠੇ ਸੇਖਵਾਂ ਦਾ ਇਹ ਪਰਿਵਾਰ ਹੈ ਜੋ ਕਿ ਅੱਤ ਦੀ ਗਰੀਬੀ ਦੇ ਵਿੱਚ ਰਹਿ ਰਿਹਾ। ਛੱਤ ਦਾ ਕੁਝ ਪਤਾ ਨਹੀਂ, ਕਦੋਂ ਆਫਤ ਬਣ ਜਾਵੇ ਤੇ ਬਾਲਿਆਂ ਵਾਲੀ ਛੱਤ ਇੱਥੇ ਹੀ ਡਿੱਗ ਜਾਵੇ। ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਹੈ। ਸਮਾਜ ਸੇਵੀ ਲੀਡਰਾਂ ਦੇ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਹੈ। ਦੱਸ ਦਈਏ ਕਿ ਬਿਮਾਰ ਹੋਣ ਦੇ ਚਲਦੇ ਪਤੀ ਤੋਂ ਕੰਮ ਨਹੀਂ ਹੁੰਦਾ, ਉਹ ਮੰਜੇ ਤੇ ਹੀ ਬੈਠਾ ਹੋਇਆ, ਜਦਕਿ ਉਸਦੀ ਪਤਨੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ, ਫਿਰ ਕਿਤੇ ਜਾ ਕੇ ਘਰ ਦਾ ਗੁਜ਼ਾਰਾ ਹੁੰਦਾ ਹੈ। ਬਹੁਤ ਹੀ ਗਰੀਬ ਪਰਿਵਾਰ ਹੈ ਜੋ ਕਿ ਅੱਤ ਦੀ ਗਰੀਬੀ ਦੇ ਵਿੱਚ ਰਹਿ ਰਿਹਾ। ਕੀ ਨਾਮ ਹੈ ਜੀ? ਨੈਣ ਸਿੰਘ ਜੀ। ਕਿਹੜਾ ਪਿੰਡ ਹੈ ਤੁਹਾਡਾ? ਚੱਠੇ ਸੇਖਵਾਂ ਜੀ। ਕੀ ਕੰਮ ਕਰਦੇ ਹੋ ਤੁਸੀਂ? ਪਹਿਲਾਂ ਕਰਦੇ ਸੀ ਪੱਠੇ ਦਾ, ਹੁਣ ਤਾਂ ਕੋਈ ਕੰਮ ਨਹੀਂ। ਕੀ ਤਕਲੀਫ ਰਹਿੰਦੀ ਹੈ ਭਾਜੀ ਤੁਹਾਨੂੰ? ਤੇ ਗਰੀਬ ਖਾਸ ਹੀ ਰਹਿੰਦੇ ਜੀ, ਦਮ ਚੜ੍ਹਦਾ ਹੈ, ਗੁਰਦੇ ਦੀ ਇਨਫੈਕਸ਼ਨ ਹੈ ਤੇ ਗੜਗੜ ਹੋਏ ਪਏ ਨੇ ਜੀ। ਕਿੰਨੇ ਟਾਈਮ ਤੋਂ ਬਿਮਾਰ ਹੋ? ਮੈਨੂੰ ਹੋ ਗਈ 2 ਸਾਲ। ਮੈਂ 2 ਸਾਲ ਹੋ ਗਿਆ। ਹਾਂਜੀ। ਪਹਿਲਾਂ ਕੀ ਕੰਮ ਕਰਦੇ ਸੀ ਭੱਠੇ? ਪਹਿਲਾਂ ਅਸੀਂ ਭੱਠੇ ਦਾ ਕੱਚੇ ਹੱਟਾਂ ਦਾ ਕੰਮ ਕਰਦੇ ਸੀ ਜੀ। ਤਕਲੀਫ ਕਦੋਂ ਤੋਂ ਸ਼ੁਰੂ ਹੋਈ ਤੇ ਕਿਵੇਂ ਸ਼ੁਰੂ ਹੋਈ ਤੁਹਾਨੂੰ? ਇਹ ਹੋਈ ਕਿ ਜਦੋਂ ਮੈਂ ਸਵੇਰੇ ਜਾ ਕੇ ਕੰਮ ਕਰਨ ਲੱਗਿਆ, ਇੱਕੋ ਲੱਖ ਜ਼ੋਰ ਲੱਗ ਗਿਆ ਸੀ ਅੰਦਰ, ਉਹ ਇਨਫੈਕਸ਼ਨ ਵੱਧ ਗਈ। ਹਾਂਜੀ। ਕਿਹੜੇ ਡਾਕਟਰ ਨੂੰ ਦਿਖਾਇਆ ਫਿਰ? ਫਿਰ ਅਸੀਂ ਗਏ ਗੌਰਵ ਮਿੱਤਲ ਦੇ, ਉਹਨੇ ਦਾਖਲ ਰੱਖਿਆ ਜੀ ਮੈਨੂੰ ਕਾਫੀ ਟਾਈਮ। ਜਦੋਂ ਦਾਖਲ ਰੱਖਿਆ ਜੀ, ਫਿਰ ਉਹਨੇ ਰੋਟੀ ਰੂਟੀ ਬੰਦ ਕਰਤੀ ਸਾਰਾ ਕੁਛ, ਉਸੇ ਜੀ ਖਾਣ ਦਿੱਤਾ। ਬਸ ਹੁਣ ਕੀ ਤਕਲੀਫ ਰਹਿੰਦੀ ਹੈ ਜ਼ਿਆਦਾ? ਹੁਣ ਤਾਂ ਜ਼ਿਆਦਾ ਜੀ, ਬਸ ਦਮ ਚੜ੍ਹਦਾ ਹੈ, ਤੁਰ ਰਹੇ ਦਾ ਖੂਨ ਖਤਮ ਹੋ ਜਾਂਦਾ। ਇਲਾਜ ਨਹੀਂ ਕਰਾ ਰਹੇ ਕਿੱਥੋਂ? ਇਲਾਜ ਚੱਲੀ ਜਾਂਦਾ, ਜਿਹੜਾ ਕਹਿੰਦਾ ਉੱਥੇ ਪਾ ਜਾਂਦਾ। ਪਰਿਵਾਰ ਦੇ ਵਿੱਚ ਫਿਰ ਕਮਾਈ ਦਾ ਸਾਧਨ ਕੀ ਹੈ? ਤੁਸੀਂ ਕੰਮ ਕਰਦੇ ਸੀ, ਤੁਸੀਂ ਮੋਢੀ ਆਪਣੇ ਘਰ? ਮੈਂ ਜਦੋਂ ਸਹੀ ਹੋ ਜਾਂਦਾ, ਦਵਾਈ ਦਵੂਈ ਲੈ ਕੇ ਜੀ, ਮੈਂ ਚੌਕੀਦਾਰ 'ਤੇ ਪਾ ਜਾਂਦੀ 7000। ਜਦੋਂ ਭੱਠੇ 'ਤੇ ਕੰਮ ਕਰਦੇ ਸੀ ਉਦੋਂ ਕਿੰਨੀ ਤਨਖਾਹ ਸੀ? ਉਹ ਤਾਂ ਡੈਡੀ ਅਤੇ ਮੇਰੇ ਨਾਲ ਪਰਿਵਾਰ ਚੱਲਦਾ ਸੀ, ਥਾਣੇਦਾਰ ਨੂੰ ਪਤਾ ਸੀ ਸਾਰਾ ਕੁਛ। ਹੋਈ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ? ਹੁਣ ਕੋਈ 4 ਜਣੇ ਆ ਜੀ। ਕੌਣ ਕੌਣ? ਇੱਕ ਮੈਂ, ਇੱਕ ਮੇਰੇ ਘਰ ਵਾਲੀ, 2 ਮੇਰੇ ਬੇਟੇ ਆ। ਬੱਚੇ ਕਿੰਨੇ ਕਿੰਨੇ ਸਾਲ ਦੇ? ਇੱਕ ਤਾਂ ਮੈਨੂੰ ਤਾਂ ਲੱਗਦਾ ਬੰਦਾ ਇੰਨਾ ਵੀ ਯਾਦ ਹੈਗਾ ਜੀ। ਚਲੋ ਇਹ ਦੱਸੋ ਵੀ ਜਿਹੜਾ ਹੁਣ ਥੋੜ੍ਹਾ ਇਲਾਜ ਚੱਲਦਾ, ਪੈਸੇ ਦੀ ਘਾਟ ਕਰਕੇ ਥੋੜ੍ਹਾ ਇਲਾਜ ਕਿਤੇ ਨਾ ਕਿਤੇ ਰੁਕ ਰਿਹਾ? ਹਾਂਜੀ। ਵੀ ਪੈਸੇ ਦੀ ਕਮੀ ਕਰਕੇ ਇਲਾਜ ਥੋੜ੍ਹਾ ਘੱਟ ਹੋ ਰਿਹਾ? ਹਾਂ ਹਾਂ। ਕਿਸੇ ਕੋਲ ਮਦਦ ਦੀ ਗੁਹਾਰ ਨਹੀਂ ਲਗਾਈ, ਕਿਉਂਕਿ ਜਿਹੜੀਆਂ ਸਮਾਜਿਕ ਸੰਸਥਾਵਾਂ ਹੁੰਦੀਆਂ ਆਪਾਂ ਲਈ? ਕੁਝ ਕਹਿਣਾ ਚਾਹੋਗੇ ਲੋਕਾਂ ਨੂੰ? ਆਪਾਂ ਤਾਂ ਕੀ ਕਹਿਣਾ ਜੀ, ਲੋਕਾਂ ਤੋਂ ਮਦਦ ਮੰਗਣਾ ਚਾਹੋਗੇ? ਇਹ ਕਹੋ ਜੀ ਜਿਵੇਂ ਤੁਹਾਡੀ ਮਰਜ਼ੀ। ਕੀ ਨਾਮ ਹੈ ਭਾਈ ਤੁਹਾਡਾ? ਸੁਖਵਿੰਦਰ ਜੀ। ਕਿਹੜਾ ਪਿੰਡ ਹੈ ਜੀ? ਚੱਠੇ ਸੇਖਵਾਂ ਜੀ। ਕੀ ਕਹਿਣਾ ਚਾਹੁੰਦੇ ਹੋ? ਘਰ ਦੇ ਤੁਹਾਡੇ ਬਿਮਾਰ ਨੇ, ਕੀ ਤਕਲੀਫ ਹੈ ਜੀ? ਇਹਨਾਂ ਨੂੰ ਜੀ, ਇਹਨੇ ਤਾਂ ਲੀਵਰ ਦੀ ਉਹ ਹੈ ਜੀ, ਨਾਲੇ ਗੁਰਦਿਆਂ ਦੀ ਪ੍ਰੋਬਲਮ ਆ ਜੀ, ਨਾਲੇ ਹੁਣ ਇਹਨਾਂ ਦੇ ਇਨਫੈਕਸ਼ਨ ਵਾਲੀ ਹੋ ਗਈ ਜੀ। ਹੁਣ ਜੀ ਘਰ ਦਾ ਗੁਜ਼ਾਰਾ ਕਿਸੇ ਹਿਸਾਬ ਨਾਲ ਚੱਲ ਨਹੀਂ ਰਿਹਾ, ਅਸੀਂ ਵੀ ਮਦਦ ਮੰਗਣਾ ਚਾਹੁੰਦੇ ਹਾਂ ਜੀ।
ਆਪਾਂ ਸ਼ੁਰੂ ਤੋਂ ਗੱਲ ਕਰੀਏ ਤਾਂ ਘਰ ਦੇ ਕਿੰਨੇ ਸਾਲ ਤੋਂ ਬਿਮਾਰ ਚੱਲ ਰਹੇ? ਘਰ ਦੇ ਇਹਨਾਂ ਨੂੰ 2 ਸਾਲ ਹੋ ਗਏ। ਕੀ ਤਕਲੀਫ ਹੋਈ ਸੀ 2 ਸਾਲ ਪਹਿਲਾਂ? 2 ਸਾਲ ਪਹਿਲਾਂ ਵੀ ਇਹਨਾਂ ਦੇ ਪਾਣੀ ਭਰ ਗਿਆ ਸੀ ਪੇਟ 'ਚ, ਉਦੋਂ ਵੀ ਅਸੀਂ ਲੀਵਰ ਨੂੰ ਉਹ ਹੋਇਆ ਸੀ, ਲੀਵਰ ਨੂੰ ਹੀ ਸੋਜ ਆਈ ਸੀ ਉਦੋਂ। ਕਹਿੰਦੇ ਵੀ ਉਦੋਂ ਫਿਰ ਡਾਕਟਰ ਗੌਰਵ ਮਿੱਤਲ ਨੇ ਇਹਨਾਂ ਨੂੰ ਸਹੀ ਕਰਤਾ ਸੀ, ਫਿਰ ਇਹ ਕੰਮ 'ਤੇ ਜਾਣ ਲੱਗ ਗਏ ਸੀ। ਆ ਹੁਣ 6 ਮਹੀਨਿਆਂ ਦੇ ਫਿਰ ਪਏ ਨੇ। ਜੇ ਆਪਾਂ ਗੱਲ ਕਰੀਏ ਜਦੋਂ ਠੀਕ ਸੀ ਉਦੋਂ ਘਰ ਦਾ ਗੁਜ਼ਾਰਾ ਵਧੀਆ ਤੁਰਦਾ ਸੀ? ਹਾਂਜੀ, ਉਦੋਂ ਵਧੀਆ ਤੁਰਦਾ ਸੀ ਜੀ, ਉਦੋਂ ਮੇਰੇ ਪਾਪਾ ਜੀ ਨਾਲ ਸੀ, ਉਦੋਂ ਵਧੀਆ ਕੰਮ ਚੱਲਦਾ ਸੀ। ਅਤੇ ਜਦੋਂ ਦੇ ਬਿਮਾਰ ਹੋਏ ਨੇ ਤੁਹਾਨੂੰ ਲੱਗਦਾ ਵੀ ਜਿਹੜੀ ਇਲਾਜ ਦੇ ਵਿੱਚ ਕਮੀ ਆ ਰਹੀ ਹੈ ਕਿਤੇ ਨਾ ਕਿਤੇ ਪੈਸਾ ਮੁੱਖ ਕਾਰਨ? ਹਾਂਜੀ, ਪੈਸੇ ਕਾਰਨ ਹੀ ਆ ਰਹੀ ਹੈ ਜੀ। ਹੁਣ ਇਲਾਜ ਚੱਲ ਰਿਹਾ ਕਿੱਥੋਂ? ਇਲਾਜ ਜੀ ਪਹਿਲਾਂ ਤਾਂ ਸਰਕਾਰੀ 'ਚੋਂ ਚੱਲਦਾ ਸੀ ਜੀ, ਹੁਣ ਕੱਲ੍ਹ ਅਸੀਂ ਸਿੰਗਲਾ ਦੇ ਲੈ ਕੇ ਗਏ ਸੀ ਰੇਨੂ ਸਿੰਗਲਾ ਦੇ। ਕੀ ਕਹਿੰਦੇ ਨੇ ਡਾਕਟਰ ਸਾਹਿਬ? ਡਾਕਟਰ ਸਾਹਿਬ ਨੇ ਕੱਲ੍ਹ ਜੀ 5 ਦਿਨਾਂ ਦੀ ਦਵਾਈ ਦਿੱਤੀ ਆ, ਉਦੋਂ ਬਾਅਦ ਕਹਿੰਦੇ ਵੀ ਟੈਸਟ ਕਰਾਂਗੇ, ਵੀ 10,000 ਰੁਪਇਆ ਲੱਗੂ ਘੱਟੋ ਘੱਟ ਟੈਸਟਾਂ 'ਤੇ। ਜਦੋਂ ਇਹ ਕੰਮ ਕਰਦੇ ਸੀ ਤੁਸੀਂ, ਇਹ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ? ਹਾਂਜੀ। ਉਦੋਂ ਤੁਸੀਂ ਵੀ ਨਾਲ ਹੱਥ ਵਟਾਉਂਦੇ ਸੀ ਕੰਮ? ਹਾਂਜੀ ਹਾਂਜੀ। ਅਤੇ ਕਿੰਨੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ? ਹੋਰ ਪਰਿਵਾਰ 'ਚ ਜੀ 2 ਹੀ ਅਸੀਂ, ਇੱਕ ਮੇਰੇ ਬੇਟੇ ਨੇ ਜੀ, 2 ਛੋਟੇ ਨੇ ਜੀ, ਪੜ੍ਹਦੇ ਨੇ। ਹਾਂਜੀ। ਅਤੇ ਹੁਣ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲਦਾ, ਕਿਉਂਕਿ ਜਿਹੜਾ ਘਰ ਦਾ ਮੋਢੀਆ ਬਿਮਾਰ ਹੈ, ਤੁਹਾਡੇ ਮੋਢਿਆਂ 'ਤੇ ਜ਼ਿੰਮੇਵਾਰੀ ਆ ਗਈ? ਬਸ ਜੀ ਮੈਂ 1-2 ਘਰਾਂ ਦੇ ਕੰਮ ਕਰਕੇ ਆ ਕੇ ਬੱਚਿਆਂ ਨੂੰ ਵੀ ਪਾਲਣਾ ਜੀ, ਉਹ ਖਾਣ ਨੂੰ ਮੰਗਦੇ ਨੂੰ ਸਵੇਰੇ ਸ਼ਾਮ, ਸਕੂਲ ਦੀ ਫੀਸ ਵੀ ਭਰਨੀ ਜੀ ਉਹਨਾਂ ਦੀ, ਬਸ ਆ 1-2 ਘਰਾਂ ਦੇ ਕੰਮ ਕਰਕੇ ਉਹ ਕਰਦੇ ਆ। ਤੁਹਾਨੂੰ ਲੱਗਦਾ ਜਿਹੜੀ ਸਮਾਜਿਕ ਸੰਸਥਾਵਾਂ ਹੁੰਦੀਆਂ ਨੇ ਲੋਕਾਂ ਦੀ ਮਦਦ ਕਰਦੀਆਂ ਨੇ ਜਿਹੜੇ ਇਹੋ ਜਿਹੇ ਬਿਮਾਰ ਹੁੰਦੇ ਨੇ? ਹਾਂਜੀ। ਕਿਸੇ ਕੋਲ ਗੁਹਾਰ ਲਗਾਈ ਗਈ ਆ ਤੁਹਾਡੇ? ਨਹੀਂ ਵੀਰ ਜੀ, ਅਸੀਂ ਲਾਏ ਨਹੀਂ, ਸਾਨੂੰ ਪਤਾ ਹੀ ਨਹੀਂ ਸੀ ਕੋਈ। ਤੁਹਾਡਾ ਪਿੰਡ ਸਨਾਮ ਦੇ ਵਿੱਚ ਪੈਂਦਾ? ਹਾਂਜੀ। ਤਾਂ ਅਮਨ ਅਰੋੜਾ ਜੀ ਮੰਤਰੀ ਨੇ ਕਦੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਗਈ? ਨਹੀਂ ਜੀ, ਨਹੀਂ ਜੀ। ਤੁਹਾਨੂੰ ਜਾਣਾ ਚਾਹੀਦਾ, ਹੋ ਸਕਦਾ ਤੁਹਾਡੀ ਮਦਦ ਹੋ ਜੇ। ਵੀਰ ਜੀ ਇਕੱਲੇ ਕਰਕੇ ਫਿਰ ਮੈਂ ਗਈ ਨਹੀਂ ਜੀ, ਇਹਨਾਂ ਨੂੰ ਛੱਡ ਕੇ ਜਾ ਨਹੀਂ ਸਕਦੀ ਮੈਂ ਕਿਸੇ ਪਾਸੇ, ਨਾ ਹੀ ਮੇਰੇ ਨਾਲ ਕੋਈ ਤੁਰਨ ਵਾਲਾ ਸੀ, ਬੱਚੇ ਹਜੇ ਛੋਟੇ ਨੇ, ਤਾਂ ਕਰਕੇ ਫਿਰ ਮੈਂ ਕਿਸੇ ਪਾਸੇ ਨਹੀਂ ਜਾ ਸਕੀ। ਹੁਣ ਘਰਦਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਕਹਿੰਦੇ ਹੁਣ 6 ਮਹੀਨੇ ਪਹਿਲਾਂ ਠੀਕ ਸੀ ਤਾਂ ਮਾੜਾ ਮੋਟਾ ਕੰਮ ਕਰ ਲੈਂਦੇ ਸੀ। ਹਾਂਜੀ। ਹੁਣ ਜਿਵੇਂ ਜਮੀ ਮੰਜੇ ਤੇ ਪੈ ਗਏ ਨੇ, ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲ ਰਿਹਾ? ਤੁਸੀਂ 2 ਘਰਾਂ ਦੇ ਵਿੱਚ ਕੰਮ ਕਰਦੇ ਹੋ? ਹਾਂਜੀ। 2 ਘਰਾਂ ਦੇ ਵਿੱਚ ਕੰਮ ਕਰਕੇ ਤਾਂ ਗੁਜ਼ਾਰਾ ਚੱਲਦਾ ਨਹੀਂ ਘਰ ਦਾ? 2 ਘਰਾਂ ਵਿੱਚ ਕੰਮ ਕਰਕੇ ਜਦੋਂ ਪਹਿਲਾਂ ਜੀਰੀ ਲਾਈ ਹੈ ਜੀ, ਸਾਨੂੰ 1 ਮਹੀਨਾ ਹੀ ਹੋਇਆ ਜੀਰੀ ਲਾ ਕੇ ਹਟਿਆ ਨੂੰ, ਫਿਰ ਵਿੱਚ ਉਹ ਜੀ ਦਿਹਾੜੀ ਦੱਪਾ ਵਗ ਜਾਂਦੇ ਸੀ, ਕੱਖ ਕੰਡਾ ਕੱਢਣ ਵਗ ਜਾਂਦੇ ਜੀਰੀ 'ਚੋਂ, ਬਸ ਆਈ ਉਹ ਕਰੀ ਜਾਂਦੇ ਸੀ। ਜਿਹੜਾ ਮਕਾਨ ਦੇ ਵਿੱਚ ਤੁਸੀਂ ਰਹਿ ਰਹੇ ਹੋ, ਤੁਹਾਡਾ ਆਪਣਾ ਮਕਾਨ? ਹਾਂਜੀ ਆਪਣਾ ਜੀ। ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਬਸ ਇਹੀ ਕਹਿੰਦੇ ਜੀ ਵੀ ਸਾਡੀ ਮਦਦ ਕੀਤੀ ਜਾਵੇ ਥੋੜ੍ਹੀ ਬਹੁਤੀ, ਅਸੀਂ ਧੰਨਵਾਦੀ ਹੋਵਾਂਗੇ ਜੀ। ਕੀ ਨਾਮ ਹੈ ਆਂਟੀ ਜੀ? ਮੇਰਾ ਨਾਮ ਮਹਿੰਦਰ ਕੌਰ ਹੈ ਵੀਰ ਜੀ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਘਰ ਦੇ ਵਿੱਚ ਆਪਾਂ ਖੜੇ ਆ, ਤੁਹਾਡੇ ਕੀ ਰਿਸ਼ਤੇਦਾਰੀ ਹੋਈ? ਇਹ ਮੇਰਾ ਜੇਠ ਦਾ ਪੁੱਤ ਹੈ ਜੀ। ਕਿੱਦਾਂ ਹੈ ਪਰਿਵਾਰ, ਕਿਉਂਕਿ ਜਿਵੇਂ ਦੱਸਿਆ ਕਿ ਭੈਣ ਜੀ ਨੇ ਦੱਸਿਆ ਕਿ ਬਿਮਾਰ ਚੱਲ ਰਹੇ ਨੇ? ਬਿਮਾਰ ਚੱਲ ਰਹੇ ਨੇ ਵੀਰੇ, ਹੁਣ ਪਹਿਲਾਂ ਮੰਮੀ ਪਾਪਾ ਤੇ ਉਹਨਾਂ ਦੀ ਪਿਲਸਣ ਆਈ ਜਾਂਦੀ ਤੇ ਉਹ ਵੀ ਇਹਦੇ ਬਿਮਾਰੀ 'ਚ ਹੀ ਚੱਲਦੀ ਤੀ, ਖਰਚਾ ਤੀ ਉਹ ਵੀ ਇਹਦੇ ਨਾਲ ਹੀ ਚੱਲਦਾ ਤੀ, ਕਿਉਂਕਿ ਬੱਚੇ ਤਾਂ ਜੀ ਛੋਟੇ ਨੇ ਮੇਰੇ, ਇਹ ਜੇਠ ਦੇ ਮੁੰਡੇ ਦੇ ਬੱਚੇ ਤਾਂ ਬਿਲਕੁਲ ਛੋਟੇ ਨੇ, ਉਹ ਤਾਂ ਜੀ ਆਪ ਰੁੱਸ ਕੇ ਮੰਗਦੇ ਨੇ ਪੈਸੇ। ਇਹ ਬਿਮਾਰ ਹੈ, ਇਹ 2-3 ਘਰਾਂ ਦਾ ਕੰਮ ਕਰਦੀ ਹੈ ਲੜਕੀ ਸਾਡੀ, ਤੁਹਾਨੂੰ ਪਤਾ ਹੀ ਵੀਰ ਜੀ ਕੰਮ ਨਾਲ ਹੀ ਆ ਜੋ ਕੁਛ ਹੈਗਾ, ਜੇ ਕੰਮ ਕਿਸੇ ਦੇ ਕਰਿਆ ਹੋਊਗੀ 2 ਪੈਸੇ ਫੜ ਲਿਓ, ਗਲਾਸ ਦੁੱਧ ਦਾ ਲਿਓ, 4 ਰਿਸ਼ਤੇਦਾਰ ਆਉਣਗੇ ਉਹਨਾਂ ਨੂੰ ਵੀ ਕਰਕੇ ਦੇਣੀ ਪਊਗੀ। ਜਿਵੇਂ ਹੁਣ ਜਿਹੜਾ ਮੇਨ ਮੋਢੀ ਆ ਬਿਮਾਰ ਹੈ? ਹਾਂਜੀ ਹਾਂਜੀ। 2 ਸਾਲ ਤੋਂ ਕਹਿ ਰਹੇ ਨੇ ਬਿਮਾਰ ਚੱਲ ਰਿਹਾ? ਹਾਂ ਵੀਰੇ। ਤੇ ਪਹਿਲਾਂ ਕੰਮ ਵਧੀਆ ਚੱਲਦਾ ਸੀ, ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ ਵੀਰੇ? ਭੱਠੇ ਦਾ ਜਿੰਨਾ ਕੁ ਬਣਦਾ ਸੀਗਾ ਉਨਾ ਕੀ, ਚੱਲ 15 ਤੇ ਸਾਡਾ ਖਰਚਾ ਦੇ ਦਿੰਦੇ, ਤੇ ਅਸੀਂ ਵੀ ਭੱਠੇ ਤੇ ਕੰਮ ਕਰਦੇ ਸੀਗੇ, ਭੱਠੇ ਵਾਲੇ 15 ਦਿਨਾਂ ਮਗਰੋਂ ਖਰਚਾ ਦੇ ਦਿੰਦੇ, ਤੇ ਖਰਚੇ ਦਾ ਚੁੱਲ੍ਹੇ ਦਾ ਗੁਜ਼ਾਰਾ ਹੋ ਜਾਂਦਾ ਸੀਗਾ। ਹਾਂ ਵੀਰ ਜੀ, ਸਾਡੀ ਤਾਂ ਬੇਨਤੀ ਇਹੀ ਹੈ ਵੀ ਇਹ ਬੱਚੇ ਦੀ ਜ਼ਿੰਦਗੀ ਵਧੇ, ਇਹਦਾ ਇਲਾਜ ਹੋ ਜੇ, ਇਹ ਆਪਦੇ ਬੱਚਿਆਂ ਦੇ ਜੋਗਰਾ ਬੈਠਾ ਰਹੇ। ਕੀ ਨਾਮ ਹੈ ਜੀ? ਮੇਰਾ ਨਾਮ ਸੁਮਿੰਦਰ।
ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਰਿਵਾਰ ਦੇ ਵਿੱਚ ਆਪਾਂ ਖੜੇ ਆ, ਪਰਿਵਾਰ ਦੇ ਵਿੱਚ ਬਿਮਾਰੀ ਹੈ, ਤੁਹਾਡੀ ਕੀ ਰਿਸ਼ਤੇਦਾਰੀ ਪੈਂਦੀ ਹੈ? ਮੇਰਾ ਜੇਠ ਦਾ ਮੁੰਡਾ ਇਹ ਭੁੱਖੇ ਮਰਦੇ ਨੇ ਜਦੋਂ ਸਾਡਾ ਤਾਂ ਆਪ ਹੀ ਢਿੱਡ ਮੱਚਦਾ। ਮੇਰੇ ਜੇਠ ਦਾ ਮੁੰਡਾ ਹੁਣ ਦੇਖੇ ਨਹੀਂ ਜਾਂਦੇ ਜਵਾਕ ਵੀ ਭਾਈ ਇਹਨਾਂ ਦਾ ਹੀਲਾ ਹੋਣਾ ਚਾਹੀਦਾ, ਜਿਵੇਂ ਮਰਜ਼ੀ ਹੋ ਜਾਏ ਤਾਂ ਮੈਂ ਜਿੱਦ ਪਿਆ ਮਾਂ ਬਾਪ ਮੁੱਕ ਗਏ, ਕੌਣ ਚੱਕੇ ਇਹਨਾਂ ਦਾ ਚੱਕ? ਇੱਧਰਲਾ ਕਮਰਾ ਦੇਖ ਲਓ, ਬਾਲੇ ਟੁੱਟੇ ਪਏ ਨੇ, ਆਏ ਨਹੀਂ ਪਤਾ ਕਦੋਂ ਦੱਬ ਲੈਣ ਜਵਾਕਾਂ ਨੂੰ। ਉਹ ਪੌੜੀਆਂ ਦੇਖ ਲਓ, ਜਵਾਕ ਡਰਦੇ ਚੜ੍ਹਦੇ ਨੇ ਕੋਠੇ 'ਤੇ। ਵੀ ਸਾਨੂੰ ਐਡੇ ਐਡੇ ਕੁ ਮਾਸੂਮ ਹੈ, ਉਹਨਾਂ ਦਾ ਹੀਲਾ ਹੋਣਾ ਚਾਹੀਦਾ। ਜਿਵੇਂ ਜਦੋਂ ਠੀਕ ਸੀ ਕਹਿੰਦੇ ਉਦੋਂ ਪਰਿਵਾਰ ਵਧੀਆ ਤੁਰਦਾ ਸੀ, ਉਦੋਂ ਚੱਲ ਕੋਈ ਕਰਦੇ ਦਿਖਾਉਂਦੇ ਤੇ, ਪਰ ਇਹ ਆਈ ਨਹੀਂ ਹੈਗਾ ਵੀ ਚੱਲ ਆਪਾਂ ਦੋ ਉਹ ਹੋ ਗਏ 10-10 ਰੁਪਏ ਵਿਚਾਰਿਆਂ ਦੇ ਹੱਥ 'ਚ, ਐਂ ਨਹੀਂ ਹੁੰਦੇ ਨੇ। ਉਹ ਜਿੰਨਾ ਖਰਚਾ ਮਾੜਾ ਮਾੜਾ ਕਰਦੇ ਦਿਖਾ ਲੈਂਦੇ ਤੇ ਗੇੜਾ ਮਾਰਦੇ ਆ ਭਾਈ ਮਾਈ ਰਹਿ ਗਈ ਇਹ ਜਵਾਕਾਂ ਚ, ਇਹ ਆਪਣੀ ਭੈਣ ਬਾਹਰ ਆਈ ਵੀ ਜਠਾਣੀ ਹੈ, ਤੇ ਦੇਖੀ ਵੇਲੇ ਕੁ ਵੇਲੇ ਦੇਖ ਜਾਂਦੀ ਆ, ਦੇਖ ਕੇ ਮੁੜ ਜਾਂਦੀ ਆ, ਜੇ ਇਹਨੂੰ ਚਾਹ ਦੀ ਲੋੜ ਹੁੰਦੀ ਦੇ ਜਾਂਦੇ ਆ, ਨਹੀਂ ਵਿਚਾਰਾ ਭੁੱਖਾ ਭੁੱਖਾ ਪਿਆ ਰਿਹਾ ਤਿਆ ਤਿਆ। ਕੋਈ ਨੀ ਕਰਦਾ ਦੇਖ, ਆਪਾਂ ਤਾਂ ਸਿੱਧੀ ਜੀ ਗੱਲ ਹੈ ਭਾਈ, ਦੇਖ ਵੋਟਾਂ ਲੈ ਲੈਂਦੇ ਨੇ, ਕਹਿੰਦੇ ਨੇ ਤੁਹਾਡਾ ਐਂ ਕਰਾਂਗੇ ਐਂ ਕਰਾਂਗੇ, ਮੇਰੇ ਬੱਚੇ ਹੁਣ ਇੱਕ ਮਿੰਟ ਮੈਂ ਆਪਦੀ ਵਾਰ ਘਰ ਦੀ ਵੀ ਗੱਲ ਦੱਸਦੀ, ਅਗਲਾ ਕਹਿੰਦਾ ਮੈਂ ਬਾਲੇ ਲਾ ਗਾਡੀਆਂ ਲਾ ਕੇ ਥੱਲੇ ਕਿਵੇਂ ਕਿਵੇਂ ਆਪਦੇ ਡੰਗ ਸਾਰੇ ਨੇ, ਪੰਚਾਇਤ ਆ ਗਏ ਉਹ ਸਾਰੇ ਕਹਿਣਗੇ ਅਸੀਂ ਕਰਾਂਗੇ ਅਸੀਂ ਕਰਾਂਗੇ, ਵੋਟਾਂ ਮੰਗਣ ਵਾਲੇ। ਉਹ ਵੋਟਾਂ ਮੰਗਣ ਵਾਲੇ 'ਚ ਮੈਂ ਆਹੀ ਗੱਲ ਬੋਲੀ ਵੀ ਪਹਿਲਾਂ ਮੈਂ ਧੀਆਂ ਦੀ ਮਾਂ, ਮੇਰਾ ਬੰਦੇ ਦੇ ਸੱਟਾਂ ਲੱਗੀਆਂ, ਉਹ ਮੰਜੇ 'ਤੇ ਬੈਠਾ, ਉਹ ਤਾਂ ਪਲਾਸਰ ਲੱਗਿਆ ਤੇ ਕਿਸੇ ਨੇ ਆ ਕੇ ਮੇਰਾ ਘਰ ਨਹੀਂ ਦੇਖਿਆ, ਆਪਦਾ ਭਾਈ ਜੱਟਾਂ ਦੇ ਗੁਆਹ ਗੁੜਾ ਕਰਦੇ ਹਾਂ ਖਾਂਦੇ ਹਾਂ, ਇਹ ਮੇਰੇ ਬੱਚੇ ਚੱਲ ਬਈ ਇਹ ਆਪਦੇ ਬੰਦੇ ਬਣ ਕੇ ਗਾਹਾਂ ਕੰਮ ਲੱਗ ਗਏ, ਰੱਬ ਇਹਨਾਂ ਨੂੰ ਵੱਡੀ ਉਮਰ ਲਾਵੇ, ਵੀ ਮੇਰੇ ਜਪ ਅੱਖਾਂ ਨੇ ਵੀਰਾ ਚੱਕ ਚੱਕਿਆ, ਅਸੀਂ ਤਾਂ ਹੀ ਡੰਗ ਸਾਰੇ ਲੋਕਾਂ ਦੇ ਗੁਆਹ ਗੁੜਾ ਡੇਗਾ। ਹੁਣ ਆ ਵੀਰ ਬਾਰੇ ਕੀ ਕਹਿਣਾ ਚਾਹੂੰਗੀ? ਆ ਵੀਰਵਾਰ ਨੂੰ ਲੋਕ ਵੀਰ ਤਾਂ ਬਹੁਤ ਕੁਛ ਕਹਿੰਦੇ ਨੇ ਵੀ ਸਾਡੇ ਜਵਾਕ ਦਾ ਹੱਲ ਹੋਣਾ ਚਾਹੀਦਾ, ਇਹਨਾਂ ਨੂੰ ਖਾਣ ਨੂੰ ਹਾਂ ਕੁਛ ਮਿਲਣਾ ਚਾਹੀਦਾ ਇਹਨਾਂ ਨੂੰ, ਠੀਕ ਆ।